ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਤੰਦਰੁਸਤ ਹੋਵੋਗੇ। ਇਸ ਵੀਡੀਓ 'ਚ ਆਪਾਂ ਕਣਕ ਦੀ ਫਸਲ ਦੇ ਵਿੱਚ ਪਹਿਲੇ ਪਾਣੀ ਤੋਂ ਪਹਿਲਾਂ ਪਰ ਨਦੀਨ ਉੱਗਣ ਤੋਂ ਬਾਅਦ, ਮਤਲਬ ਜਦੋਂ ਆਪਣੇ ਪਹਿਲਾ ਪਾਣੀ ਅਜੇ ਆਪਾਂ ਲਾਉਣਾ ਪਰ ਖੇਤ 'ਚ ਨਦੀਨ ਹੋ ਗਏ ਹੈ, ਜਿਹਦੇ ਵਿੱਚ ਖਾਸ ਤੌਰ 'ਤੇ ਗੁੱਲੀ ਡੰਡਾ ਜਾਂ ਕੋਈ ਜੰਗਲੀ ਪਾਲਕ ਵਗੈਰਾ, ਤਾਂ ਉਹਦੇ ਵਿੱਚ ਆਪਾਂ ਸਪਰੇਅ ਜਿਹੜੀ ਗੁੱਲੀ ਡੰਡੇ ਵਾਸਤੇ ਕਿਹੜੀ ਕਰ ਸਕਦੇ, ਕਿੰਨੇ ਦਿਨ ਪਹਿਲਾਂ ਕਰ ਸਕਦੇ, ਇਹਦੇ ਬਾਰੇ ਸਵਾਲ ਸੀਗਾ। ਸੋ ਕਿਸਾਨ ਵੀਰੋ, ਦੋ ਟੈਕਨੀਕਲ ਨੇ ਜਿਹੜੇ ਆਪਾਂ ਪਹਿਲੇ ਪਾਣੀ ਤੋਂ ਪਹਿਲਾਂ ਕਰ ਸਕਦੇ ਹਾਂ। ਕਈ ਕਿਸਾਨ ਵੀਰ ਆ ਜਿਹੜੇ ਹੋਰ ਟੈਕਨੀਕਲ ਵੀ ਵਰਤ ਲੈਂਦੇ ਆ, ਜਿਹਦੇ ਵਿੱਚ ਖਾਸ ਤੌਰ 'ਤੇ ਪਿਨੋਕਸਾਡਨ ਟੈਕਨੀਕਲ ਹੈ, ਐਕਸੀਐਲ ਵਾਲਾ ਟੈਕਨੀਕਲ ਹੈ, ਜਾਂ ਕੋਈ ਮੈਟਰੀਬਿਊਜ਼ਨ ਟਾਈਪ ਆ ਉਹ ਵਰਤ ਲੈਂਦੇ ਆ। ਪਰ ਮੈਟਰੀਬਿਊਜ਼ਨ ਦੀ ਵਰਤੋਂ ਪਹਿਲੇ ਪਾਣੀ ਤੋਂ ਬਾਅਦ ਹੁੰਦੀ ਹੈ, ਤੁਰੰਤ ਬਹੁਤ ਗਿੱਲੇ ਖੇਤ ਦੇ ਵਿੱਚ, ਇੱਕੜ ਦੇ ਵਿੱਚ, ਉਹਦੇ ਬਾਰੇ ਆਪਾਂ ਵੱਖਰੀ ਵੀਡੀਓ ਰਾਹੀਂ ਜਾਣਕਾਰੀ ਸਾਂਝੀ ਕਰਾਂਗੇ। ਤਾਂ ਜਿਹੜੀ ਜੋ ਸਿਫਾਰਿਸ਼ ਹੈਗੀ ਹੈ ਕਿ ਆਪਾਂ ਪਹਿਲੇ ਪਾਣੀ ਤੋਂ ਪਹਿਲਾਂ ਐਰੀਲੋਨ ਨਾਂ 'ਤੇ ਜਿਹੜੀ ਆਉਂਦੀ ਹੈ ਆਈਸੋਪ੍ਰੋਟਰਨ ਟੈਕਨੀਕਲ ਹੈ, ਐਰੀਲੋਨ ਦੇ ਨਾਂ 'ਤੇ ਤੁਸੀਂ ਆਮ ਤੌਰ 'ਤੇ ਜਾਣਦੇ ਹਾਂ, ਬ੍ਰਾਂਡ ਇਹਦੇ ਬਹੁਤ ਆਉਂਦੇ ਆ, ਐਰੀਲੋਨ ਹੈ, ਐਗਰੀਰੋਨ ਹੈ, ਡੈਲਰੋਨ ਹੈ, ਕੇਅਰਲੋਨ ਹੈ, ਮਾਰਕਲੋਨ ਹੈ, ਆਈਸੋਗਾਰਡ ਹੈ, ਆਈਸੋਟੋਕਸ ਹੈ, ਆਈਸੋਹਿੱਟ ਹੈ, ਸੈਲਿਊਰੋਨ ਹੈ, ਆਈਸੋਸਿਨ, ਮਤਲਬ ਜਿਹੜਾ ਮਰਜ਼ੀ ਬ੍ਰਾਂਡ ਤੁਸੀਂ, ਜਿਹੜੀ ਮਰਜ਼ੀ ਕੰਪਨੀ ਦਾ ਟੈਕਨੀਕਲ ਹੋਵੇ, ਉਹਦਾ ਆਈਸੋਪ੍ਰੋਟਰਨ 75% WP, ਹਲਕੀਆਂ ਜ਼ਮੀਨਾਂ 'ਚ 300 ਗ੍ਰਾਮ, ਦਰਮਿਆਨੀਆਂ ਜ਼ਮੀਨਾਂ 'ਚ 400 ਗ੍ਰਾਮ ਅਤੇ ਭਾਰੀਆਂ ਜ਼ਮੀਨਾਂ 'ਚ 500 ਗ੍ਰਾਮ ਆਪਾਂ ਵਰਤੋਂ ਇਹਦੀ ਕਰ ਸਕਦੇ ਹਾਂ ਆਈਸੋਪ੍ਰੋਟਰਨ, ਜਿੱਥੇ ਤੁਹਾਡੇ, ਕਿਉਂਕਿ ਆਪਾਂ ਇਹ ਲਗਾਤਾਰ ਪਹਿਲਾਂ ਵਰਤਿਆ ਸੀ, ਅੱਜ ਤੋਂ 15-20 ਸਾਲ ਪਹਿਲਾਂ ਇਹਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਸੀਗੀ, ਤਾਂ ਇਹਦਾ ਰਿਜ਼ਲਟ ਵੀ ਵਧੀਆ ਮਿਲਦਾ ਸੀ, ਪਰ ਵਾਰ ਵਾਰ ਵਰਤੋਂ ਕਰਨਾ, ਜਿਵੇਂ ਮੈਂ ਇਦੋਂ ਪਹਿਲਾਂ ਵੀਡੀਓ ਜ਼ਿਕਰ ਕੀਤਾ ਸੀ ਨਾ ਕਿ ਆਪਾਂ ਇੱਕੋ ਟੈਕਨੀਕਲ ਹਰ ਸਾਲ ਨਹੀਂ ਵਰਤਣਾ, ਉਹਦੇ ਨਾਲ ਗੁੱਲੀ ਡੰਡੇ 'ਚ ਰਜਿਸਟੈਂਸ ਆ ਜਾਂਦੀ ਅਤੇ ਉਹਦਾ ਕੰਮ ਕਰਨ ਨੂੰ ਹਟ ਜਾਂਦਾ। ਤਾਂ ਜਿੱਥੇ ਆਪਣੇ ਇਹ ਵਰਤਦਿਆਂ ਨੂੰ ਟਾਈਮ ਹੋ ਗਿਆ, ਉਸੇ ਉੱਥੇ ਇਹ ਆਈਸੋਪ੍ਰੋਟਰਨ ਬਹੁਤ ਵਧੀਆ ਰਿਜ਼ਲਟ ਦਿੰਦਾ, ਉੱਥੇ ਤੁਸੀਂ ਇਹ ਵਰਤ ਸਕਦੇ ਹਾਂ। ਜਾਂ ਫਿਰ ਲੀਡਰ SF10 ਸਫਲ ਮਾਰਕ ਸਲਫੋ 75 WG ਸਲਫੋ ਸਲਫੀਰੋਨ ਟੈਕਨੀਕਲ ਹੈ, ਸਲਫੋ ਸਲਫੀਰੋਨ 75% WG 13 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਇਹਦੀ ਸਪਰੇਅ ਕਰ ਸਕਦੇ। ਜਿਨ੍ਹਾਂ ਖੇਤਾਂ 'ਚ ਕਣਕ ਦੇ ਨਾਲ ਸਰੋਂ, ਰਾਇਆ, ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫਸਲ ਰਲਾ ਕੇ ਬੀਜੀ ਹੈ, ਉੱਥੇ ਇਸ ਰਸਾਇਣ ਦੀ ਆਪਾਂ ਸਲਫੋ ਸਲਫੀਰੋਨ ਲੀਡਰ ਦੀ ਵਰਤੋਂ ਨਹੀਂ ਕਰਨੀ। ਜਾਂ ਜਿਨ੍ਹਾਂ ਖੇਤਾਂ 'ਚ ਆਪਾਂ ਸਾਉਣੀ ਸਮੇਂ ਚਰੀ ਜਾਂ ਮੱਕੀ ਬੀਜਣੀ ਹੋਵੇ, ਉੱਥੇ ਇਹਨਾਂ ਦੀ ਵਰਤੋਂ ਨਹੀਂ ਕਰਨੀ। ਸਪਰੇਅ ਕਰਨ ਦਾ ਜਿਹੜਾ ਸਹੀ ਸਮਾਂ ਹੈ, ਉਹ ਤੁਸੀਂ ਜਿੱਥੇ ਦਰਮਿਆਨੇ ਤੋਂ ਹਲਕੇ ਪਣ 'ਚ ਜ਼ਮੀਨਾਂ, ਉੱਥੇ 2 ਜਾਂ 3 ਦਿਨ ਪਹਿਲਾਂ ਕਰ ਸਕਦੇ ਹਾਂ, ਪਰ ਦਰਮਿਆਨੇ ਤੋਂ ਭਾਰੇ ਪਣ ਵਾਲੀਆਂ ਜਿਹੜੀਆਂ ਚੰਗੀਆਂ ਜ਼ਮੀਨਾਂ ਨੇ ਨਾ, ਉੱਥੇ 4 ਜਾਂ 5 ਦਿਨ ਪਹਿਲਾਂ ਜੇ ਤੁਸੀਂ ਸਪਰੇਅ ਕਰੋਗੇ ਤਾਂ ਉੱਥੇ ਵੀ ਸ਼ਾਨਦਾਰ ਨਤੀਜਾ ਤੁਹਾਨੂੰ ਮਿਲੂਗਾ। ਹਲਕੀ ਜ਼ਮੀਨ 'ਚ ਤੁਸੀਂ ਦਰਮਿਆਨੀ ਜ਼ਮੀਨ ਆ, 2 ਤੋਂ 3 ਦਿਨ ਪਹਿਲਾਂ ਪਾਣੀ ਲਾਉਣ ਤੋਂ 2-3 ਪੱਤਿਆਂ ਦੀ ਸਟੇਜ ਦੇ ਉੱਤੇ ਨਦੀਨ ਹੋਣ, 150 ਲੀਟਰ ਪਾਣੀ ਦੇ ਵਿੱਚ ਆਪਾਂ ਸਪਰੇਅ ਕਰਨੀ ਆ। ਤਕਰੀਬਨ ਜਦੋਂ 20 ਕੁ ਦਿਨ ਦੀ 25 ਦਿਨ ਦੀ ਫਸਲ ਹੋ ਜਾਂਦੀ ਆ, ਉੱਥੇ ਜਾ ਕੇ ਆਪਣਾ ਪਾਣੀ ਲੱਗਦਾ, 2-3 ਪੱਤਿਆਂ ਦੇ ਨਦੀਨ, ਜੇ ਨਦੀਨ ਇਦੋਂ ਵੱਡੀ ਹੋ ਗਏ ਆ ਫਿਰ ਆਪਣੇ ਰਿਜ਼ਲਟ ਨਹੀਂ ਉਹ ਮਿਲਣਾ। ਜਾਂ ਫਿਰ ਆਪਾਂ ਭਾਰਾ ਪਾਣੀ ਬਹੁਤ ਜ਼ਿਆਦਾ ਲੱਗ ਜਾਂਦਾ, ਫਿਰ ਵੀ ਆਪਾਂ ਨੂੰ ਰਿਜ਼ਲਟ ਆ ਜਿਹੜਾ ਘੱਟ ਮਿਲਦਾ। ਜਿਹੜੀ ਦਰਮਿਆਨੇ ਤੋਂ ਹਲਕੇ ਪਣ 'ਚ ਜ਼ਮੀਨ ਆ, ਦਰਮਿਆਨੀ ਜ਼ਮੀਨ ਆ, 2-3 ਦਿਨ ਪਹਿਲਾਂ ਵੀ ਕਰ ਸਕਦੇ, 2 ਦਿਨ ਪਹਿਲਾਂ ਕਰ ਲਓ, 3 ਦਿਨ ਪਹਿਲਾਂ ਕਰ ਲਓ,
ਜਿੱਥੇ ਦਰਮਿਆਨੀ ਜ਼ਮੀਨ ਆ ਉੱਥੇ ਤੁਸੀਂ 4 ਦਿਨ ਪਹਿਲਾਂ ਵੀ ਕਰ ਸਕਦੇ, ਭਾਰੀ ਜ਼ਮੀਨ ਦੇ ਵਿੱਚ 4 ਦਿਨ ਜਾਂ 5 ਦਿਨ ਪਹਿਲਾਂ ਵੀ ਤੁਸੀਂ, 5 ਦਿਨ ਦੇ ਰਿਜ਼ਲਟ ਬਹੁਤ ਸ਼ਾਨਦਾਰ ਮਿਲੇ ਆ। ਕਿ ਜਦੋਂ ਲੀਡਰ ਤੁਸੀਂ ਪਾਣੀ ਲਾਉਣ ਤੋਂ 5 ਦਿਨ ਪਹਿਲਾਂ ਕਰਦੇ ਆ ਨਾ ਚੰਗੀ ਜ਼ਮੀਨ 'ਚ, ਤਾਂ ਬਹੁਤ ਵਧੀਆ ਕੰਟਰੋਲ ਆਪਾਂ ਨੂੰ ਜਿਹੜਾ ਗੁੱਲੀ ਡੰਡੇ ਦਾ ਜਾਂ ਕੋਈ ਮਾੜੀ ਮੋਟੀ ਪਾਲਕ ਬਰੀਕ ਹੁੰਦੀ ਆ ਤਾਂ ਉਹ ਕੰਟਰੋਲ ਮਿਲ ਜਾਂਦਾ। ਪਰ ਜੇ ਨਦੀਨ ਆਪਣੇ ਵੱਡਾ ਹੋ ਜਾਂਦਾ ਪਾਣੀ, ਫਰਜ਼ ਕਰ ਲਓ ਆਪਣੇ ਪਹਿਲਾਂ ਲੇਟ ਆ, ਫਿਰ ਤੁਸੀਂ ਇਹ ਫੈਸਲਾ ਕਰੋ ਕਿ ਤੁਸੀਂ ਪਾਣੀ ਲਾਉਣ ਤੋਂ ਬਾਅਦ ਜਿਹੜਾ ਹੈਗਾ ਟੈਕਨੀਕਲ ਉਹ ਵੱਖ ਵੱਖ ਵਰਤ ਕੇ ਅਤੇ ਆਪਾਂ ਜਿਹੜਾ ਹੈਗਾ ਕਾਬੂ ਕਰ ਸਕਦੇ ਹਾਂ। ਪਾਣੀ ਲਾਉਣ ਤੋਂ ਬਾਅਦ ਵਾਲੀਆਂ ਸਪਰੇਆਂ ਬਾਰੇ ਮੈਂ ਡਿਟੇਲ ਦੇ ਵਿੱਚ ਵੱਖਰੀ ਵੀਡੀਓ ਪਾ ਕੇ ਜਾਣਕਾਰੀ ਸਾਂਝੀ ਕਰੂੰਗਾ। ਬੇਨਤੀ ਆ ਕਿ ਟੈਕਨੀਕਲ ਇੱਕੋ ਰਿਪੀਟ ਨਾ ਕਰਿਆ ਜੇ, ਕਿਉਂਕਿ ਹੁਣ ਜਿਹੜੀ ਰਜਿਸਟੈਂਸ ਕਾਫੀ ਗੁੱਲੀ ਡੰਡੇ 'ਚ ਆਈ ਹੈ ਅਤੇ ਇਸ ਸਾਲ ਵੀ ਕਾਫੀ ਸਮੱਸਿਆ ਆਉਣ ਦੇ ਆਸਾਰ ਆ। ਜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਧੁੰਦਾਂ ਪੈਂਦੀਆਂ ਉਹ 'ਚ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ, ਪਹਿਲਾਂ ਆਪਾਂ ਹੱਲ ਕਰੀਏ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ।